ਆਸਟ੍ਰੇਲੀਆ ਦੇ ਵਿੱਚ ਨਾ ਖਰਗੋਸ਼ ਨਹੀਂ ਮਿਲਦੇ ਸੀ, ਪਰ 160 ਸਾਲ ਪਹਿਲਾਂ ਨਾ ਇੰਗਲੈਂਡ ਤੋਂ ਥੋਮਸ ਆਸਟਿਨ ਨਾਂ ਦੇ ਬੰਦੇ ਨੇ 24 ਖਰਗੋਸ਼ ਆਸਟ੍ਰੇਲੀਆ ਦੇ ਵਿੱਚ ਮੰਗਵਾਏ। ਇਹ ਜਿਹੜਾ ਥੋਮਸ ਆਸਟਿਨ ਨਾਂ ਦਾ ਬੰਦਾ ਹੁੰਦਾ ਨਾ, ਇਹ 24 ਖਰਗੋਸ਼ ਸਿਰਫ ਸ਼ੂਟਿੰਗ ਦੇ ਲਈ ਮੰਗਾਉਂਦਾ, ਜਿਨ੍ਹਾਂ ਦੀ ਕਿ ਪਾਪੂਲੇਸ਼ਨ ਉਦੋਂ ਬਾਅਦ 10 ਬਿਲੀਅਨ ਤੱਕ ਪਹੁੰਚ ਗਈ। ਤੇ ਉਦੋਂ ਬਾਅਦ ਇਹਨਾਂ ਰੈਬਿਟਸ ਦੀ ਪਾਪੂਲੇਸ਼ਨ ਆਸਟ੍ਰੇਲੀਆ ਦੇ ਵਿੱਚ ਇੰਨੀ ਕੁ ਜ਼ਿਆਦਾ ਵੱਧਦੀ ਆ ਕਿ ਆਸਟ੍ਰੇਲੀਆ ਦੀ ਸਰਕਾਰ ਨੂੰ ਹਰ ਸਾਲ $200 ਮਿਲੀਅਨ ਦਾ ਘਾਟਾ ਪੈਣ ਲੱਗ ਜਾਂਦਾ। ਹਰ ਸਾਲ ਕਈ ਲੱਖ ਏਕੜ ਫਸਲ ਖਾ ਜਾਂਦੇ ਆ ਇਹ ਖਰਗੋਸ਼। ਤੇ ਉਦੋਂ ਬਾਅਦ ਆਸਟ੍ਰੇਲੀਆ ਦੀ ਸਰਕਾਰ ਇੱਕ ਡਿਫੀਕਲਟ ਡਿਸੀਜਨ ਲੈਂਦੀ ਆ ਕਿ ਇਹਨਾਂ ਰੈਬਿਟਸ ਦੀ ਪਾਪੂਲੇਸ਼ਨ ਨੂੰ ਕਿਸੇ ਵੀ ਤਰੀਕੇ ਖਤਮ ਕੀਤਾ ਜਾਵੇ। ਕਈ ਤਰੀਕੇ ਅਪਣਾਉਂਦੀ ਆ ਆਸਟ੍ਰੇਲੀਆ ਦੀ ਸਰਕਾਰ ਆਸਟ੍ਰੇਲੀਆ ਦੇ ਵਿੱਚੋਂ ਰੈਬਿਟਸ ਦੀ ਪਾਪੂਲੇਸ਼ਨ ਖਤਮ ਕਰਨ ਦੇ ਲਈ, ਪਰ ਆਸਟ੍ਰੇਲੀਆ ਦੇ ਵਿੱਚ ਕਦੇ ਵੀ ਰੈਬਿਟਸ ਖਤਮ ਨਹੀਂ ਹੋ ਸਕੇ। ਅੱਜ ਦੇ ਦਿਨ ਤੱਕ ਆਸਟ੍ਰੇਲੀਆ ਦੇ ਵਿੱਚ ਇਹ ਜਿਹੜੇ ਰੈਬਿਟਸ ਆ ਇਹ ਸਰਵਾਈਵ ਕਰ ਰਹੇ ਆ। ਕਿਹੜੇ ਕਿਹੜੇ ਖਤਰਨਾਕ ਤਰੀਕੇ ਅਪਣਾਏ ਸੀ ਆਸਟ੍ਰੇਲੀਆ ਦੀ ਸਰਕਾਰ ਨੇ ਇਹਨਾਂ ਰੈਬਿਟਸ ਨੂੰ ਖਤਮ ਕਰਨ ਦੇ ਲਈ, ਜੇਕਰ ਤੁਸੀਂ ਉਹਨਾਂ ਦੇ ਬਾਰੇ ਜਾਣਨਾ ਤਾਂ ਇਸ ਤਰੀਕੇ ਯੂਟਿਊਬ ਦੇ ਉੱਪਰ ਸਰਚ ਕਰਕੇ